ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਹਾਂ ਗਵਾਲ ਮੰਡੀ ਦੇ ਅੰਦਰ। ਗਵਾਲ ਮੰਡੀ ਦੇ ਹਰ ਵੱਡੇ ਸ਼ਹਿਰ ਦੇ ਵਿੱਚ, ਜਿਸ ਤਰ੍ਹਾਂ ਕਿ ਲਾਹੌਰ ਹੋ ਗਿਆ, ਦਿੱਲੀ ਹੋ ਗਿਆ, ਹਰ ਸ਼ਹਿਰ ਦੇ ਵਿੱਚ ਇੱਕ ਗਵਾਲ ਮੰਡੀ ਜ਼ਰੂਰ ਹੋਈ ਹੈ। ਅਤੇ ਇਹ ਰਾਵਲਪਿੰਡੀ ਦੀ ਗਵਾਲ ਮੰਡੀ ਹੈ ਜੀ। ਗਵਾਲ ਮੰਡੀ ਦੇ ਤੁਹਾਨੂੰ ਅਸੀਂ ਫੈਕਟਸ ਦਿਖਾਉਂਦੇ ਹਾਂ, ਥੋੜ੍ਹੇ ਜਿਹੇ ਹਿਸਟੋਰੀਕਲ ਬਿਲਡਿੰਗਸ ਜਿਹੜੀਆਂ ਨੇ ਪੁਰਾਣੀਆਂ ਉਹ ਦਿਖਾਉਂਦੇ ਹਾਂ। ਇਹ ਹੈ ਜੀ, ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲ ਹੈ, ਔਰ ਗਵਾਲ ਮੰਡੀ ਹਮੇਸ਼ਾ ਹੀ ਰੇਲਵੇ ਸਟੇਸ਼ਨ ਦੇ ਕੋਲ ਹੋਈ ਹੈ। ਇਹ ਐਂਟਰੈਂਸ ਡੋਰ ਹੈ ਜੀ, ਠੀਕ ਹੈ ਜੀ, ਸਰਾਏ ਟਾਈਪ ਹੈ ਜੀ। ਔਰ ਅਸੀਂ ਚਲਦੇ ਹਾਂ ਅੱਗੇ, ਲੈ ਕੇ ਚੱਲ ਰਹੇ ਹਾਂ ਮਜ਼ੀਦ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਪੁਰਾਣੇ ਹਾਊਸਿਸ ਵੀ ਨੇ, ਔਰ ਕੁਛ ਪੁਰਾਣੇ ਹਿਸਟੋਰੀਕਲ ਫੈਕਟਸ ਜਿਹੜੇ ਨੇ ਉਹ ਮੌਜੂਦ ਨੇ, ਔਰ ਜਿੱਥੇ ਕਿ ਸਰਦਾਰਾਂ ਦੇ ਘਰ ਸੀ ਉਹਨਾਂ ਦੇ ਵਿੱਚੋਂ ਇੱਕ ਘਰ ਜਿਹੜਾ ਸਰਦਾਰਾਂ ਦਾ ਹਲੇ ਵੀ ਮੌਜੂਦ ਹੈ, ਲੇਕਿਨ ਲੋਕ ਮਾਈਗ੍ਰੇਟ ਕਰ ਚੁੱਕੇ ਨੇ ਇੱਥੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਐਂਡ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਉਹ ਸਾਹਮਣੇ ਟੈਂਪਲ ਤੁਸੀਂ ਐਂਡ 'ਤੇ ਤੁਸੀਂ ਦੇਖੋਗੇ, ਉੱਥੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮਦਨਪੁਰੇ ਦਾ, ਉਹ ਮਦਨਪੁਰਾ ਹੈ ਜੀ। ਔਰ ਅਸੀਂ ਇਹ ਕਦੀਮੀ ਮਹੱਲੇ ਜਿਹੜੇ ਨੇ ਸਰਾਏ ਕਯੂਮ ਔਰ ਦਰਿਆਬਾਦ ਜਿਹਨੂੰ ਕਿਹਾ ਜਾਂਦਾ ਇਸ ਇਲਾਕੇ ਨੂੰ, ਇਹ ਉਹ ਜਗ੍ਹਾ। ਹਾਂਜੀ, ਹਿਸਟੋਰੀਕਲ ਫੈਕਟਸ ਜਿਹੜੇ ਨੇ ਉਹ ਘਰਾਂ ਦੀ ਸੂਰਤ 'ਚ ਹੀ ਬਾਕੀ ਨੇ, ਬਾਕੀ ਇੱਥੇ ਕਿਉਂਕਿ ਲਿਵਿੰਗ ਏਰੀਆ ਸੀ, ਮੰਡੀ ਵੀ ਸੀ, ਲੇਕਿਨ ਮੰਡੀ ਵਾਲੇ ਤੇ ਆਸਾਰ ਬਿਲਕੁਲ ਖਤਮ ਹੋ ਚੁੱਕੇ ਨੇ ਹੁਣ। ਬਹੁਤ ਹੀ ਪਿਆਰਾ, ਦੇਖਣ ਵਿੱਚ ਇੱਕ ਘਰ ਹੈ ਲੇਕਿਨ ਇਹ ਦੋ ਘਰ ਨੇ। ਥੋੜ੍ਹਾ ਇਹਨਾਂ ਅੱਗੇ ਚੱਲਣੇ, ਦੇਖ ਸਕਦੇ ਹੋ ਤੁਸੀਂ, ਬਹੁਤ ਹੀ ਵਧੀਆ ਆਰਕੀਟੈਕਚਰ ਪ੍ਰੀ ਪਾਰਟੀਸ਼ਨ ਦੇ। ਔਰ ਤੁਸੀਂ ਕਹਿ ਸਕਦੇ ਹੋ ਕਿ ਇਹ ਘਰ ਜਿਹੜਾ ਦੱਸਿਆ ਜਾਂਦਾ ਖਾਲਸਾ ਪੰਥ ਦਾ, ਅੱਜ ਵੀ ਕੁਛ ਨਾ ਕੁਛ ਟਾਈਲਸ ਜਿਹੜੀਆਂ ਨੇ ਉਹ ਦੱਸਦੀਆਂ ਨੇ, ਬਲੈਕ ਐਂਡ ਵਾਈਟ ਜਿਹੜੀ ਟਾਈਲ ਹੈ ਪੁਰਾਣੀ ਉਹ ਵੀ ਦੱਸਦੀ ਹੈ ਇਸ ਚੀਜ਼ ਦੇ ਮੁਤਲਿਕ, ਪੁਰਾਣੀ ਗਵਾਲ ਮੰਡੀ। ਠੀਕ ਹੈ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਓਲਡ ਗਵਾਲ ਮੰਡੀ। ਹਰ ਸ਼ਹਿਰ ਦੇ ਅੰਦਰ ਗਵਾਲ ਮੰਡੀ ਹੁੰਦੀ ਰਹੀ ਹੈ, ਔਰ ਗਵਾਲ ਮੰਡੀ ਤੋਂ ਵੈਸੇ ਤਾਂ ਗਵਾਲ ਜਿਹੜਾ ਸੀ ਉਹ ਇੱਕ ਹਿੰਦੂ ਮਰਚੈਂਟ ਸੀ, ਅਤੇ ਉਹ ਸਭ ਕੌਂਟੀਨੈਂਟ ਦੇ ਅੰਦਰ ਹਰ ਵੱਡੇ ਸ਼ਹਿਰ ਦੇ ਅੰਦਰ ਉਹਦੇ ਜਿਹੜੀ ਹੁੰਦੀ ਸੀ ਉਹ ਮੰਡੀ ਉਹਦੀ ਜ਼ਰੂਰ ਹੁੰਦੀ ਸੀ। ਠੀਕ ਹੈ ਜੀ, ਇੱਕ ਬਹੁਤ ਵੱਡਾ ਮੰਦਿਰ ਨਜ਼ਰ ਆਇਆ ਮੈਨੂੰ, ਚੱਲਦੇ ਹਾਂ ਉਹਦੇ ਕੋਲ, ਜਿਹੜਾ ਕਿ ਸ਼ਾਇਦ ਦੁਨੀਆਂ ਦੀ ਨਜ਼ਰ 'ਚ ਲੁਕਿਆ ਹੋਇਆ। ਲਓ ਜੀ, ਗਵਾਲ ਮੰਡੀ ਦੇ ਅੰਦਰ ਇੱਕ ਹੋਰ ਮੰਦਿਰ ਨਿਕਲਿਆ, ਲੈਟਸ ਸੀ ਉਹਦੇ ਫੈਕਟਸ ਦੇਖਦੇ ਹਾਂ ਅਸੀਂ। ਕਿਉਂਕਿ ਜਿਹੜੇ 48 ਮੰਦਿਰ ਸਨ ਰਾਵਲਪਿੰਡੀ ਦੇ, ਉਹਨਾਂ ਦੇ ਵਿੱਚੋਂ ਤਕਰੀਬਨ 38 ਦੇ ਕਰੀਬ ਤਾਂ ਅਸੀਂ ਲੱਭ ਚੁੱਕੇ ਹਾਂ, ਛੋਟੇ ਵੱਡੇ ਪਰਸਨਲ ਮੁਹੱਲੇ ਦੇ ਗਲੀਆਂ ਦੇ। ਵਾਓ, ਕਾਫੀ ਟੌਲ ਹੈ,
ਉਹ ਫਸਟ ਟਾਈਮ ਮੈਂ ਵੀ ਦੇਖ ਰਿਹਾ ਵਾਂ, ਮੇਰੀ ਵੀ ਦੇਖਣੇ ਵਿੱਚ ਕਦੀ ਨਹੀਂ ਸਾਹਮਣੇ ਆਇਆ ਪਹਿਲੇ। ਅਮੇਜ਼ਿੰਗ। ਠੀਕ ਹੈ ਜੀ। ਔਰ ਕਿਉਂਕਿ ਅਸੀਂ ਤਲਾਸ਼ ਕਰਨ ਵਾਸਤੇ ਨਿਕਲੇ ਸੀ ਗੁਰਦੁਆਰੇ ਨੂੰ, ਲੇਕਿਨ ਗੁਰਦੁਆਰੇ ਦੀ ਤਾਂ ਸਾਨੂੰ ਹਾਲੇ ਤੱਕ ਕੋਈ ਦਿਸ ਨਹੀਂ ਪਈ ਹੈ, ਲੇਕਿਨ ਐਟਲੀਸਟ ਵਨ ਮੋਰ ਗੁਰਦੁਆਰਾ ਵੀ ਹੈਵ ਡਿਸਕਵਰਡ ਇਨ ਆ ਰਾਵਲਪਿੰਡੀ ਸਿਟੀ, ਇਨ ਆ ਗਵਾਲ ਮੰਡੀ ਓਲਡ, ਦੈਟਸ ਕਾਲਡ ਅ ਓਲਡ ਗਵਾਲ ਮੰਡੀ, ਨੋਟ ਨਿਊ ਵਨ। ਅਮੇਜ਼ਿੰਗ ਹਿਸਟੋਰੀਕਲ ਫੈਕਟ, ਪ੍ਰੀ ਪਾਰਟੀਸ਼ਨ 1947। ਤੁਸੀਂ ਦੇਖ ਰਹੇ ਹੋ ਗਵਾਲ ਮੰਡੀ ਰਾਵਲਪਿੰਡੀ। ਠੀਕ ਹੈ ਜੀ। ਰਾਵਲਪਿੰਡੀ ਦੇ ਹਿਸਟੋਰੀਕਲ ਫੈਕਟਸ ਜਿਹੜੇ ਨੇ ਉਹਦੇ ਮੁਤਲਿਕ ਗੱਲ ਕਰਾਂਗੇ। ਓਕੇ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਗਵਾਲ ਮੰਡੀ ਰਾਵਲਪਿੰਡੀ, ਔਰ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖਾਲਸਾ ਰਾਜਪੂਟ ਸਟੈਪਸ ਇਨ ਪਾਕਿਸਤਾਨ ਐਂਡ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।